ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਣ ਤੋਂ ਬਾਅਦ ਹਰੇਕ ਮਹਿਕਮੇ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਪਾਵਰਕੌਮ ਗੁਰੂ ਹਰਿ ਸਹਾਇ ਵੱਲੋਂ ਡਿਫਾਲਟਰ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵੱਲੋਂ ਬਿੱਲ ਨਹੀਂ ਭਰੇ ਗਏ ਉਹਨਾਂ ਦੇ ਬਿਜਲੀ ਕਨੈਕਸ਼ਨ ਵੀ ਕੱਟੇ ਜਾ ਰਹੇ ਹਨ। ਇਸੇ ਤਹਿਤ ਸਵੇਰੇ ਪਾਵਰਕੌਮ ਦੇ ਮੁਲਾਜ਼ਮ ਅਧਿਕਾਰੀਆਂ ਸਮੇਤ ਪਿੰਡ ਚੱਕ ਸ਼ਿੰਗਾਰਗਾਹ ਪਹੁੰਚੇ, ਜਿੱਥੇ ਬਿਜਲੀ ਕਨੈਕਸ਼ਨ ਕੱਟੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਬਿਜਲੀ ਮੁਲਾਜ਼ਮਾਂ ਵਿੱਚ ਝੜਪ ਹੋ ਗਈ। ਝੜਪ ਇੰਨੀ ਵੱਧ ਗਈ ਕਿ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ। ਝੜਪ ਦੌਰਾਨ ਪਿੰਡ ਵਾਸੀਆਂ ਦੇ ਕੁਝ ਲੋਕ ਫੱਟੜ ਹੋਏ ਤੇ ਬਿਜਲੀ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਹਨ ਅਤੇ ਬਿਜਲੀ ਮੁਲਾਜ਼ਮਾਂ ਨੂੰ ਇੱਕ ਘਰ ਵਿੱਚ ਬੰਧਕ ਬਣਾਇਆ ਗਿਆ। ਜਦੋਂ ਇਹ ਸੂਚਨਾ ਅੱਗ ਵਾਂਗ ਫੈਲੀ ਤਾਂ ਵੱਡੀ ਤਾਦਾਦ ਵਿੱਚ ਗੁਰੂ ਹਰਿ ਸਹਾਇ, ਲੱਖੇ ਕੇ, ਬਹਿਰਾਮ ਅਤੇ ਫਿਰੋਜ਼ਪੁਰ ਦੀ ਪੁਲਿਸ DSP ਅਰੁਣ ਮੁੰਡਨ ਦੀ ਅਗਵਾਈ ਵਿੱਚ ਘਟਨਾ ਸਥਾਨ 'ਤੇ ਪੁੱਜੀ। ਮਸਲਾ ਜੀ, ਅੱਜ ਪਿੰਡ ਚੱਕ ਸ਼ਿਕਾਰਗਾਹ ਦੇ ਵਿੱਚ ਜੋਗਿੰਦਰ ਜੇਈ ਅਤੇ ਨਾਲ ਦੋ ਸੰਦੀਪ ਅਤੇ ਇੱਕ ਮੁੰਡਾ ਹੋਰ ਅਤੇ ਨਾਲ ਇਹਨਾਂ ਦੇ 50 ਮੁਲਾਜ਼ਮ ਨਹੀਂ ਆਪਾਂ ਉਹਨਾਂ ਨੂੰ ਕਹਿ ਸਕਦੇ, ਗੁੰਡੇ ਅੱਜ ਸਾਡੇ ਪਿੰਡ ਦੇ ਉੱਤੇ ਹਮਲਾ ਕੀਤਾ ਹੈ। ਉਹਨਾਂ ਦੇ ਨਾਲ ਸਾਡੇ ਉਹਨਾਂ ਚਿਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਾਡੇ ਜਿਹੜੇ ਸਕਾਈ ਦੇ ਪ੍ਰਧਾਨ ਨੇ, ਉਹਨਾਂ ਨੂੰ ਪਤਾ ਲੱਗਾ ਜਦੋਂ ਪਿੰਡ ਦੇ ਵਿੱਚ ਆਏ ਨੇ ਕਿਸ ਤਰ੍ਹਾਂ ਦਾ ਬਿਜਲੀ ਵਾਲੇ ਜਦੋਂ ਪਿੰਡ ਦੇ ਵਿੱਚ ਆਏ ਨੇ ਅਤੇ ਕਿਸਾਨ ਜਥੇਬੰਦੀ ਨੇ ਕਿਹਾ ਵੀ ਕਿਸੇ ਘਰ ਦਾ ਮੀਟਰ ਹੈ ਮੰਨ ਲਓ ਜਾਂ ਕੱਟਿਆ ਜਾਂ ਤਾਰ ਕੱਟਣੀ ਜਾਂ ਸਾਡੇ ਨਾਲ ਬਹਿ ਕੇ ਗੱਲ ਕਰ ਲਓ। ਉਹਨਾਂ ਦੇ ਨਾਲ ਮੁਲਾਜ਼ਮਾਂ ਦੇ ਰੂਪ 'ਚ ਗੁੰਡੇ ਸੀਗੇ, ਉਹਨਾਂ ਕੇਵਲ ਕੱਟਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਜਿਹੜੇ ਪ੍ਰਧਾਨ ਨੇ ਇਹੋ ਗੱਲ ਕੀਤੀ ਵੀ ਸਾਡੇ ਨਾਲ ਬਹਿ ਕੇ ਗੱਲ ਕਰੋ, ਉਹਨੇ ਸਾਰੇ ਗਲਤ ਸ਼ਬਦਾਵਲੀ ਵਰਤੀ, ਪਿੰਡ ਨੂੰ ਗਾਲ ਕੱਢ ਕੇ ਉਹਨੇ ਕਿਹਾ ਤੁਹਾਡੇ ਤੋਂ ਜਿਹੜਾ ਕੁਛ ਹੁੰਦਾ ਕਰ ਲਓ। ਇਸ ਤੋਂ ਬਾਅਦ ਜਿਹੜੇ ਪਿੱਛੇ ਉਹਦੇ ਨਾਲ 30-40 ਗੁੰਡੇ ਨੇ, ਉਹਨਾਂ ਨੇ ਜਿਹੜਾ ਪਥਰਾਅ ਕਰਤਾ ਅਤੇ ਸਾਡੇ ਮੁੰਡਿਆਂ ਦੇ ਸੱਟਾਂ ਲੱਗੀਆਂ ਨੇ। ਇੱਕ ਜਿਹੜਾ ਮੁੰਡਾ ਦੇਸ ਹੈ, ਆਹ ਵੇਖ ਲਓ ਜੀ, ਆਹ ਮੁੰਡਾ ਅੰਗਰੇਜ਼ ਹੈ ਜੀ, ਇਹਨਾਂ ਦਾ ਵੇਖੋ ਜੀ ਸਿਰ ਦਾ ਕੀ ਹਾਲ ਹੈ। ਇੱਕ ਮੁੰਡਾ ਜਿਹੜਾ ਸਿਵਲ ਹੋਸਪਿਟਲ ਗੁਰੂ ਹਰਿ ਸਾਹਿਬ ਭੇਜਿਆ, ਉਹਨਾਂ ਜਵਾਬ ਦੇ ਦਿੱਤਾ ਹੈ ਤਾਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਤਾਂ ਅਜੇ ਤੱਕ ਮੁੰਡਾ ਬੋਲ ਵੀ ਨਹੀਂ ਰਿਹਾ। ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਹੈ, ਤੁਸੀਂ ਵੇਖ ਰਹੇ ਹੋ ਮੁਲਾਜ਼ਮ ਸਾਰੇ ਬੈਠੇ ਨੇ, ਕਿਸੇ ਦੇ ਸਿਰ 'ਚ ਕੋਈ ਸੱਟ ਹੋਵੇ ਅਸੀਂ ਦੇਣਦਾਰ ਹਾਂ। ਪਰ ਕਿਉਂ ਇਹ ਕਹਿੰਦੇ ਨੇ ਵੀ ਪਿੰਡ ਵਾਲਿਆਂ ਨੇ ਕੁੱਟਿਆ? ਜੇ ਪਿੰਡ ਵਾਲਿਆਂ ਨੇ ਕੁੱਟਿਆ ਤਾਂ ਸੱਟਾਂ ਜਿਹੜੀਆਂ ਪਿੰਡ ਵਾਲਿਆਂ ਦੇ ਕਿਉਂ ਲੱਗੀਆਂ? ਪੁਲਿਸ ਮੁਲਾਜ਼ਮਾਂ 'ਤੇ ਕਿਉਂ ਨਹੀਂ ਲੱਗੀਆਂ? ਜਾਂ ਪੁਲਿਸ ਬਾਅਦ 'ਚ ਆਈ, ਜਾਂ ਜਿਹੜੇ ਬਿਜਲੀ ਵਾਲੇ ਗੁੰਡੇ ਆਏ ਨੇ ਉਹਨਾਂ 'ਤੇ ਕਿਉਂ ਨਹੀਂ ਲੱਗੀਆਂ? ਜੇ ਇੱਕ ਘਰ ਦੀ ਕਹਿੰਦੇ ਕੇਵਲ ਲਾਉਣੀ ਹੈ ਤਾਂ 50 ਬੰਦੇ ਲਿਆਉਣ ਦੀ ਕੀ ਲੋੜ ਹੈ? ਅੱਜ ਜੁਆਇੰਟ ਰੇਡ ਸੀਗਾ ਜੀ, ਉੱਚ ਅਧਿਕਾਰੀਆਂ ਦੇ ਦਾਤਾਂ ਅਨੁਸਾਰ ਨਾਲ ਐਕਸ ਸਾਹਿਬ ਜੀ ਦੀ ਅਗਵਾਈ ਕਰ ਰਹੇ ਸੀ, ਨਾਲ SDO ਸਾਹਿਬ ਦੋ ਸੀ, 10-12 ਜੇਈ, 30-40 ਸਟਾਫ, ਵੱਖ ਵੱਖ ਪਿੰਡਾਂ 'ਚ ਜਿੱਥੇ ਕੋਈ ਚੋਰੀ ਸੀ ਜਾਂ ਬਿੱਲ ਗੁਰਾਈ ਦੀ ਸੀ ਉਹਨਾਂ 'ਚ ਚੈਕਿੰਗ ਚੱਲ ਰਹੀ ਸੀ। ਸਵੇਰ ਦੇ ਪਹਿਲਾਂ ਅਸੀਂ ਚੁੱਗੇ ਉੱਧਰ ਰੋੜਕੜੇ ਪਿੰਡ ਚਾਵਲੇ ਸਾਈਡ ਗਏ ਸੀ, ਬਾਅਦ 'ਚ ਫਿਰ ਇੱਧਰ ਗੰਜਣੀ ਵਾਲਾ ਸਾਈਡ ਦੇ ਇੱਥੇ ਆਏ। ਇੱਥੇ ਇਹਨਾਂ ਦਾ 2,70,000 ਬਿੱਲ ਸੀ, ਮੀਟਰ ਪੱਟਿਆ ਸੀ, ਉਹ ਚੈੱਕ ਕਰਨ 'ਤੇ ਕੁੰਡੀ ਲੱਗੀ, ਤਾਰ ਲਾਉਣ ਲੱਗੇ ਅਤੇ ਇਹ ਗੱਲ ਪੈ ਗਿਆ ਬੰਦਿਆਂ ਦੇ। ਅਸੀਂ ਇਹਨਾਂ ਰੋਕਣ ਦੀ ਕੋਸ਼ਿਸ਼ ਕਰੀ, ਕਹਿ ਦਿੰਦੀ ਇਹਨਾਂ ਨੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰਤੇ, ਉਹ ਤੋਂ ਬਾਅਦ ਫਿਰ ਸਾਡੇ ਬੰਦਿਆਂ ਨੂੰ ਕੁੱਟਿਆ। ਅਸੀਂ ਆਪਦੇ ਬਚਾਅ ਵਾਸਤੇ ਨਿਕਲੇ, ਮੁੜ ਕੇ ਫਿਰ ਅਸੀਂ ਅੱਜ ਸਰਪੰਚ ਸਾਹਿਬ ਦੇ ਘਰ ਆ ਕੇ ਜਦ ਜਾਨ ਬਚਾਈ, ਕੋਈ ਬੰਦੇ ਭਰੇ ਗਏ ਹੁਣ ਮਗਰ ਮੋਟਰਸਾਈਕਲਾਂ 'ਤੇ ਲੈ ਕੇ ਇਹ ਡਾਂਗਾਂ 'ਤੇ, ਉੱਥੇ ਉਹਨਾਂ ਬੰਦਿਆਂ ਨੂੰ ਜਾ ਕੇ ਕੁੱਟਿਆ ਜਿੱਥੇ ਜਿੱਥੇ ਕੋਈ ਮਿਲਿਆ ਜੀ। ਫਿਰ ਫੋਰਸ ਨੂੰ ਅਸੀਂ ਗਿਆ, ਉਹਨਾਂ ਨੇ ਆਏ ਇੱਥੇ ਆ ਕੇ, ਆਹ ਸਾਡੀ ਜਾਨ ਬਚਾਈ ਅਤੇ ਹੁਣ ਜਾ ਕੇ ਜੇ ਸਾਨੂੰ ਕੋਈ ਪਿੰਡ ਵੱਲੋਂ ਬੰਦੀ ਬਣਾਇਆ ਗਿਆ ਬਿਜਲੀ ਮੁਲਾਜ਼ਮਾਂ ਨੂੰ? ਬੰਦੀ ਬਣਾ ਕੁੱਟਿਆ ਗਿਆ ਜੀ, ਘੇਰਿਆ ਗਿਆ ਜੀ, ਜਾ ਕੇ ਅੰਦਰ ਅਸੀਂ ਕਮਰੇ 'ਚ ਬੈਠੇ, ਸਰਪੰਚ ਸਾਹਿਬ ਆ ਕੇ ਇਹਦੇ ਅੰਦਰ ਵੀ ਡਾਂਗਾਂ ਨਾਲ ਸਾਨੂੰ ਮਾਰਨ ਵਾਸਤੇ ਆਉਂਦੇ ਰਹੇ ਨੇ, ਬੂਹੇ ਤੋੜ ਤੋੜ ਕੇ। ਇਹਦਾ ਸਰਪੰਚ ਸਾਹਿਬ ਦੇ ਘਰ ਸੀ ਅਤੇ ਬੱਚਤ ਹੋ ਗਈ, ਨਹੀਂ ਤਾਂ ਸ਼ਾਇਦ ਹੋਰ ਮਨ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਕੀ ਮੰਗ ਕੀ ਕਰਦੇ? ਬਸ ਇਹਨਾਂ 'ਤੇ ਪਰਚਾ ਦਰਜ ਕਰਕੇ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ, ਜਿਹੜੇ ਸਾਡੇ ਬੰਦਿਆਂ ਸੱਟਾਂ ਲੱਗੀਆਂ ਉਹਨਾਂ ਦੇ ਵੀ। ਦੇਸ਼ ਦੁਨੀਆਂ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube 'ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।